ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦੇ ਲਈ ਨਵਾਂ ਪੁਆੜਾ ਖੜਾ ਹੋ ਗਿਆ ਹੈ। 22 ਸਾਲ ਪੁਰਾਣੇ ਮਾਮਲੇ ਦੇ ਵਿੱਚ ਸਨੀ ਦਿਓਲ ਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਰੇਲਵੇ ਨੇ 1997 ਦੇ ਵਿੱਚ ਆਈ ਫਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਮਾਮਲੇ ਵਿੱਚ ਉਨ੍ਹਾਂ ਖਿਲਾਫ ਇਲਜ਼ਾਮ ਤੈਅ ਕੀਤੇ ਹਨ। 1997 ਦੇ ਵਿੱਚ ਫਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ਅਪਲਿੰਗ ਐਕਸਪ੍ਰੈਸ ਦੀ ਚੇਨ ਪੁਲਿੰਗ ਕਰਨ ਦੇ ਮਾਮਲੇ ਦੇ ਵਿੱਚ ਉਨ੍ਹਾਂ ਦੇ ਉੱਪਰ ਇਹ ਦੋਸ਼ ਲਗਾਏ ਗਏ ਹਨ। ਦੱਸਦੀਏ ਕਿ ਇਸ ਕਾਰਨ 25 ਮਿੰਟ ਤੱਕ ਟ੍ਰੇਨ ਲੇਟ ਹੋ ਗਈ ਸੀ। ਇਸ ਲਈ ਦੋਵਾਂ ਖਿਲਾਫ ਇਲਜ਼ਾਮ ਤੈਅ ਹੋਏ ਹਨ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਕੇਸ ਦੇ ਸਿਲਸਿਲੇ ਦੇ ਵਿੱਚ ਜੈਪੁਰ ਪਹੁੰਚੇ। ਪੰਜਾਬੀ ਗਾਇਕ ਐਲੀ ਮਾਂਗਰ ਤੇ ਉਸਦੇ ਸਾਥੀ ਹਰਮਨ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਦੋਵੇਂ ਨਿਆਇਕ ਹਿਰਾਸਤ ਤਹਿਤ ਰੋਪੜ ਜੇਲ੍ਹ ਵਿੱਚ ਬੰਦ ਨੇ। ਦਰਅਸਲ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੰਜਾਬੀ ਸਿੰਗਰਾਂ ਐਲੀ ਮਾਂਗਰ ਤੇ ਰਮੀ ਰੰਧਾਵਾ ਦੇ ਵਿੱਚ ਤਕਰਾਰ ਚੱਲ ਰਹੀ ਸੀ। ਇਸ ਵਿਵਾਦ ਕਰਕੇ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਸਿੰਗਰ ਐਲੀ ਮਾਂਗਰ ਨੂੰ ਗ੍ਰਿਫਤਾਰ ਕਰ ਲਿਆ ਸੀ। ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਤੇ ਧੀ ਨਤਾਰਾ ਨਾਲ ਵਿਦੇਸ਼ ਯਾਤਰਾ ਲਈ ਨਿਕਲ ਗਏ ਨੇ। ਪਤਨੀ ਟਵਿੰਕਲ ਤੇ ਧੀ ਨਤਾਰਾ ਦੇ ਨਾਲ ਅਕਸ਼ੈ ਨੇ ਵਿਦੇਸ਼ ਦੀ ਉਡਾਰੀ ਭਰੀ। ਇਸ ਮੌਕੇ ਤੇ ਉਹਨਾਂ ਨੂੰ ਏਅਰਪੋਰਟ ਤੇ ਸਪੌਟ ਕੀਤਾ ਗਿਆ। ਮੁੰਬਈ ਦੇ ਏਅਰਪੋਰਟ ਤੇ ਹਨੀ ਸਿੰਘ ਨੂੰ ਸਪੌਟ ਕੀਤਾ ਗਿਆ, ਜਿੱਥੇ ਲਾਲ ਰੰਗ ਦੇ ਕੱਪੜਿਆਂ ਵਿੱਚ ਇੱਕ ਅਲੱਗ ਹੀ ਰੂਪ ਵਿੱਚ ਨਜ਼ਰ ਆਏ ਹਨੀ ਸਿੰਘ। ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ, ਜਿਸ ਰਾਹੀਂ ਤੁਸੀਂ ਖੁਦ ਹੀ ਦੇਖ ਲਓ। ਮੁੰਬਈ ਦੇ ਵਿੱਚ ਆਈਫਾ ਅਵਾਰਡ ਹੋਏ ਅਤੇ ਇਸ ਮੌਕੇ ਤੇ ਬਾਲੀਵੁੱਡ ਦੇ ਵੱਖ ਵੱਖ ਕਲਾਕਾਰਾਂ ਨੇ ਖੂਬ ਤੜਕਾ ਲਗਾਇਆ। ਇਸ ਮੌਕੇ ਤੇ ਨਜ਼ਰ ਆਇਆ ਗਲੈਮਰਸ ਲੁੱਕ, ਜਿਸ ਨੂੰ ਦੇਖ ਕੇ ਤੁਸੀਂ ਵੀ ਹੁਸਨ ਦੇ ਦੀਵਾਨੇ ਬਣ ਜਾਓਗੇ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਦੀ ਇੱਕ ਝਲਕ। My performance just got over and I can tell you I had such an incredible time on stage. I mean, I love performing on the IFA stage, it's always magical, but this time it was even more fun. Shamak's dancers give you so much energy and the audience was amazing. I mean, they were really lively, they were just giving you so much support and I'm very happy with the way my act went. Now, I've just changed, come for the red carpet and I'm going to go back and sit in the audience and now I'm going to relax.